ओके पासपोर्ट हैगा, पासपोर्ट तो बिना उन्होंने चढ़न नहीं देना मैनू। मैनू चेता आया वेलकम तो किया ही नहीं। हाँ जी सत श्री अकाल जी, वेलकम थानू साडे चैनल दे उत्ते। ओह की कही जाना मैं। ओके पैक हो गया, आ फड़ो साहब जी। ਅਸੀਂ ਪਹੁੰਚ ਗਏ ਹਾਂ ਜੀ ਇੰਟਰਨੈਸ਼ਨਲ ਏਅਰਪੋਰਟ ਸਨ ਫ੍ਰਾਂਸਿਸਕੋ ਤੇ ਸਿੰਦਰ ਚੱਕ ਰਹੇ ਆਪਣਾ ਸਮਾਨ। ਅੱਛਾ ਅੱਛਾ ਦੁਬਾਰਾ ਦੱਸੀ ਕੀ ਮਿਲਣਾ ਤੈਨੂੰ? ਨੂੰ ਮੈਡਲ ਵੀ ਮਿਲਣਾ ਤੇ ਗਿਫਟ ਵੀ ਮਿਲਣਾ। ਹਾਂਜੀ ਤੇ ਛਾਨਾ ਨਾਲ ਚੱਲਿਆ ਸੀ, ਪਹਿਲੋ ਛਾਨੇ ਦਾ ਪ੍ਰੋਗਰਾਮ ਸੀ ਨਾਲ ਜਾਂਦਾ, ਪਰ ਛਾਨੇ ਨੇ ਹੁਣ ਮੈਡਲ ਲੈ ਹਾਂ ਰੇਸ ਚੂਜ਼ ਕਰ ਲਈ, ਛਾਨੇ ਨੇ ਲੈਣੇ ਮੈਡਲ। ਚਲ ਮੇਰੀ ਬੁੱਗੀ ਜੀ ਬਾਏ ਕਰਦੇ ਪਾਪਾ ਨੂੰ, ਪਾਪਾ ਤੋਂ ਕਿ ਪਾਪਾ ਜੀ ਸੀ ਯੂ ਸੂਨ। तू बोल पहलो जो भी बहर निकलते हैं साडी रिंग लाइट कैमरा वा यह कहिंदा आ के भाई तू रिकॉर्ड हो रहा जेड़ा भी तू मुरिया आया वा मतलब एदा थोड़ा होंगी कि मैं वेकेशन ते जा रहा वा, मैं आपकी मना ही करूंगा मतलब पीन खान च उदा नहीं कदे उल्टा ना सोचो। मैं क्या भी नहीं ਉਹਦਾ ਤਾਂ ਤੁਸੀਂ ਹਿਸਾਬ ਨਾਲ ਹੀ ਕਦੇ ਕਦੇ ਪਿੰਨੇ ਆ ਉਹਦੀ ਜਸਟ ਕਹਿੰਨੀ ਆ ਕਿ ਇਹ ਨਾ ਸਾਈਫ ਤੋਂ ਬਿਨਾ ਚੱਲਿਆ ਵਾ ਤੇ ਦੇਖਿਆ ਇੱਥੇ ਕਿੰਨਾ ਟਾਈਮ ਲੱਗਾ ਹੁਣ ਰਾਈਟ ਕਿਉਂਕਿ ਆਪਾਂ ਉਧਰਲੇ ਬੰਨੇ ਜਾਣਾ ਇਹ ਰੋਡ ਦੇ ਦੂਜੇ ਬੰਨੇ ਹਨਾ ਇਹ ਦੇਖੋ ਹਾਂ ਅਮੋਰੇ ਗੱਡੀਆਂ ਮੋਰੇ ਗੱਡੀਆਂ ਵੀ ਕੇਅਰਫੁਲ ਰੈੱਡ ਅਲਰਟ ਆ ਆਪਾਂ ਨੂੰ ਬੁੱਗੇ ਆਈ ਨੋ ਡਰੋਨਿੰਗ ਉੱਤੇ ਮੈਂ ਨੈਵੀਗੇਸ਼ਨ ਲਾਣਾ ਲੋਡ ਨਹੀਂ ਮੈਨੂੰ ਪਤਾ ਆਈ ਨੋ ਦੈਟ ਡੋਨਟ ਵਰੀ ਸਰਕਾਰ ਆਈ ਨੋ ਬਟ ਆਈ ਹੈਵ ਟੂ ਮੈਂ ਤਾਂ ਉੱਥੇ ਡ੍ਰੌਪ ਆਫ ਕਰਨਾ ਫਿਰ ਮੇਰਾ ਐਂਟਰ ਮੈਂ ਤਾਂ ਹੀ ਕਿ ਮੈਨੂੰ ਗੱਡੀ ਦੇ ਦੇ ਮੈਂ ਤੈਨੂੰ ਉੱਥੇ ਲਾ ਦੇਣਾ ਹੈਗਾ ਉੱਥੇ ਤੂੰ ਸਿੱਧੀ ਆ ਚੜੇ ਆਉਣਾ ਮੈਂ ਬਾਅਦ ਚ ਈਜ਼ੀ ਆ ਮੈਂ ਤੈਨੂੰ ਦੱਸੂਗਾ ਟੈਨਸ਼ਨ ਕਾਹਤੋਂ ਲੈਣੀ ਆ ਤੁਹਾਡੇ ਹੁੰਦੇ ਮੈਨੂੰ ਟੈਨਸ਼ਨ ਨਹੀਂ ਹੁੰਦੀ ਈਜ਼ੀ ਆ ਤੈਨੂੰ ਈਜ਼ੀ ਉੱਥੇ ਚਾੜ ਦੇਣਾ ਇਹਨੂੰ ਵਾਪਸ जल्दी खोल जल्दी हवा बड़ी वगदी है। पैक हो गया, आ फड़ो साहब जी। ਅਸੀਂ ਪਹੁੰਚ ਗਏ ਹਾਂ ਜੀ ਇੰਟਰਨੈਸ਼ਨਲ ਏਅਰਪੋਰਟ ਸਨ ਫ੍ਰਾਂਸਿਸਕੋ ਤੇ ਸਿੰਦਰ ਚੱਕ ਰਹੇ ਆਪਣਾ ਸਮਾਨ। ਫਿਰ ਕੀ ਹੋਇਆ ਫਿਰ ਕੀ ਹੋਇਆ? ਓਕੇ ਚਲੋ ਮੈਂ ਤੁਹਾਨੂੰ ਬਾਏ ਕਰਦੀ ਹਾਂ, ਮੈਂ ਨਹੀਂ ਸੀ ਨਾਲ ਜਾਣਾ। ਇਟਸ ਓਕੇ ਹਾਂ ਤਾਂ ਸਾਡਾ ਟੈਂਸ਼ਨ
ਕੀ ਹੋਇਆ ਸਟਕ ਹੋਇਆ ਵਾ ਆਹ ਇਹ ਨਿਕਲਦਾ ਹੀ ਨਹੀਂ ਆਈ ਥਿੰਕ ਉਹਦੇ ਟੁੱਟ ਗਿਆ ਹੈਗਾ ਜਦੋਂ ਆਪਾਂ ਲਾਸਟ ਟਾਈਮ ਆਏ ਸੀ ਪਾਸਪੋਰਟ ਹੈਗਾ ਪਾਸਪੋਰਟ ਤੋਂ ਬਿਨਾਂ ਉਹਨਾਂ ਨੇ ਚੜ੍ਹਨ ਨਹੀਂ ਦੇਣਾ ਮੈਨੂੰ ਓਕੇ ਬਾਏ ਧਿਆਨ ਨਾਲ ਜਾਈ ਤੂੰ ਵੀ ਗੱਡੀ ਖਿਆਲ ਨਾਲ ਚਲਾਈ ਓਕੇ ਲੈ ਵਧੀਆ ਉੱਦਾਂ ਵੜਦਿਆਂ ਸਾਰ ਹੀ ਨਾਲ ਹੀ ਐਮੀਰੇਟਸ ਸੀਗਾ ਉੱਦਾਂ ਸੌਖਾ ਕੰਮ ਹੋ ਗਿਆ ਲੈਣ ਵੀ ਹੈ ਨਹੀਂ ਬਾਲੀ ਲਾਸਟ 'ਤੇ ਆਇਆ ਮੈਂ ਲੱਗਦਾ ਹਾਂਜੀ ਲਓ ਜੀ ਆਪਾਂ ਬੈਗ ਬੁੱਕ ਕਰਾਤਾ ਵਾ ਜਮਾਂ ਅਤੇ ਹੁਣ ਆਪਾਂ ਲੱਗੇ ਹਾਂ ਇੱਥੋਂ ਐਂਟਰੀ ਮਾਰਨ ਅਤੇ ਮਿਲਦੇ ਹਾਂ ਅੰਦਰ ਚੱਲ ਕੇ ਉਦੋਂ ਦਾ ਤਾਂ ਕੁਛ ਨਹੀਂ ਫੀਲ ਹੁੰਦਾ ਸੀਗਾ ਜਦੋਂ ਦਾ ਬੈਗ ਜਮ੍ਹਾਂ ਕਰਾ ਲਿਆ ਅਤੇ ਅੰਦਰ ਆ ਗਿਆ ਵਾਂ ਜਿਵੇਂ ਜਿਵੇਂ ਜਹਾਜ਼ ਆਲੂ ਜਾ ਰਿਹਾ ਵਾਂ ਜਿੱਦਾਂ ਜਿੱਦਾਂ ਜਹਾਜ਼ ਆਲੂ ਜਾ ਰਿਹਾ ਵਾਂ ਅਤੇ ਜਿੱਦਾਂ ਇਕੱਲਾ ਟਰੈਵਲ ਕਰ ਰਿਹਾ ਨਾ ਬਹੁਤ ਦੇਰ ਬਾਅਦ ਇਕੱਲਾ ਟਰੈਵਲ ਕਰ ਰਿਹਾ ਉਹ ਖੁਸ਼ੀ ਵੀ ਹੋਣੀ ਚਾਹੀਦੀ ਆ ਪਰ ਨਹੀਂ ਖੁਸ਼ੀ ਓਨੀ ਜ਼ਿਆਦਾ ਨਹੀਂ ਗੀ ਜਿੰਨਾ ਹੈ ਨਾ ਲਾਈਕ ਆਰਨ ਉਹ ਕੀ ਕਹਾਂ ਕਿਹੜੇ ਸ਼ਬਦ ਯੂਜ਼ ਕਰਾਂ ਲਾਈਕ ਨਰਵਸ ਜਿਹਾ ਜਿੱਦਾਂ ਵੀ ਨਰਵਸ ਜਿਹਾ ਕੰਮ ਨਰਵਸ ਜਿਹਾ ਲੱਗਦਾ ਫੀਲ ਹੁੰਦਾ ਵਾ ਉਹ ਮੈਨੂੰ ਚੇਤਾ ਆਇਆ ਵੈਲਕਮ ਤਾਂ ਕੀਤਾ ਹੀ ਨਹੀਂ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਨੂੰ ਸਾਡੇ ਚੈਨਲ ਦੇ ਉੱਤੇ ਉਹ ਕੀ ਕਹੀ ਜਾਂਦਾ ਮੈਂ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਓਹੋ ਹਾਂਜੀ ਵੈਲਕਮ ਜੀ ਹਾਏ ਹਾਏ ਓਕੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਵੈਲਕਮ ਤੁਹਾਡਾ ਸਾਡੇ ਚੈਨਲ ਦੇ ਉੱਤੇ ਹੋਪ ਤੁਸੀਂ ਠੀਕ ਠਾਕ ਹੋਵੋਗੇ ਜੀ ਚੇਤੇ ਭੁੱਲ ਗਏ ਵੈਲਕਮ ਕਰਨ ਦਾ ਫਿਰ ਮੈਂ ਕਿਹਾ ਵੈਲਕਮ ਕਰ ਹੀ ਦੇਵਾਂ ਨਰਵਸਨੈਸ ਦੇ ਵਿੱਚ ਨਰਵਸਨੈਸ ਮਤਲਬ ਇੱਦਾਂ ਕਿ ਫਸਟ ਟਾਈਮ ਇਕੱਲਾ ਟਰੈਵਲ ਕਰ ਰਿਹਾ ਵਾਂ ਉੱਦਾਂ ਤਾਂ ਟਰੈਵਲ ਮਤਲਬ ਜਿੰਨੀ ਵਾਰ ਵੀ ਕੀਤਾ ਕਿ ਬੱਚਿਆਂ ਦੇ ਨਾਲ ਘਰ ਵਾਲੀ ਦੇ ਨਾਲ ਕੀਤਾ ਅਤੇ ਉਹ ਇਕੱਲਾ ਟਰੈਵਲ ਕਰਨ ਦੀ ਖੁਸ਼ੀ ਵੀ ਹੁੰਦੀ ਆ ਪਰ ਉਹਦੇ ਨਾਲ ਲੱਕ ਇੱਦਾਂ ਹੁੰਦੀ ਕਿ ਤੁਸੀਂ ਇਕੱਠੇ ਜਾਂਦੇ ਹਾਂ ਜ਼ਿਆਦਾ ਵੈਸੇ ਫਨ ਹੁੰਦਾ ਵਾ ਇਹ ਘਰ ਵਾਲੀ ਨੇ ਨਹੀਂ ਲੈ ਕੇ ਦਿੱਤਾ ਜੀ ਮੈਨੂੰ ਵੀ ਇੱਦਾਂ ਕਹੀਂ ਇਹ ਮੇਰੀ ਖੁਦ ਦੀ ਫੀਲਿੰਗ ਹੀ ਆ ਕਿਉਂਕਿ ਤੁਸੀਂ ਉੱਦਾਂ ਯੂਜ਼ ਟੂ ਹੋ ਜਾਂਦੇ ਆ ਨਾ ਕਿ ਹਾਂ ਜਦੋਂ ਤੁਸੀਂ ਇਕੱਠੇ ਜਾਂਦੇ ਆਉਂਦੇ ਆ ਨਾ ਕਿ ਬੱਚੇ ਨਾਲ ਹੋਣ ਸਾਰੇ ਮਤਲਬ ਟੁਗੈਦਰ ਹੋਣ ਨਾ ਉੱਦਾਂ ਦਾ ਮਾਹੌਲ ਹੋ ਜਾਂਦਾ ਵਾ ਅਤੇ ਉਸ ਕਰਕੇ ਅਤੇ ਓਕੇ ਜੀ ਚਲੋ ਮਿਲਦੇ ਹਾਂ ਅਗਲੇ ਸਪੋਟ 'ਤੇ ਚੱਲ ਕੇ ਹੁਣ ਲੱਗੇ ਜਹਾਜ਼ 'ਚ ਬਹਿਣ ਫਾਈਨਲੀ ਜਹਾਜ਼ 'ਚ ਬਹਿਣ ਲੱਗੇ ਹੈਲੋ 70D ਐਮੀਰੇਟਸ ਇਹਨਾਂ ਦਾ ਤਾਂ ਐਮੀਰੇਟਸ ਤਾਂ ਵਧੀਆ ਹੁੰਦਾ ਵਾ ਕਲੀਨ ਹੁੰਦਾ ਵਾ ਸਾਰਾ ਸਫਾਈ ਚੰਗੀ ਹੁੰਦੀ ਆ ਉੱਦਾਂ ਇਹਨਾਂ ਦੀ ਲਓ ਜੀ ਆਪਾਂ ਹੋ ਗਏ ਲੈਂਡ ਅਤੇ ਏਅਰਪੋਰਟ ਦੀ ਖੂਬਸੂਰਤੀ ਦੇਖੋ ਬਚ ਗਿਆ ਰੱਚ ਤੋਂ ਪਿੱਛੇ ਕਿੰਨਾ ਰੱਚ ਆਉਣ ਡਿਆ ਵਾ ਲੈਣਾ ਖਾਲੀ ਸੀ ਬਚ ਗਿਆ ਮੈਂ ਮਤਲਬ ਦੁਬਈ ਏਅਰਪੋਰਟ ਕਿਆ ਸ਼ਾਨਦਾਰ ਏਅਰਪੋਰਟ ਆ ਦੁਬਈ ਦਾ ਫਾਈਨਲੀ 15 ਘੰਟਿਆਂ ਬਾਅਦ ਸਾਹ ਘਟਾਉਂਦੇ ਘਟਾਉਂਦੇ ਜਿੱਦਾਂ ਨਾ ਘਬਰਾਹਟ ਹੁੰਦੀ ਜਿੱਦਾਂ ਮੈਨੂੰ ਇੱਦਾਂ ਹੁੰਦਾ ਜਿੱਦਾਂ ਮੈਨੂੰ ਸਾਹ ਨਹੀਂ ਸੌਖਾ ਆਉਂਦਾ ਹੈਗਾ ਇਹ ਪਹਿਲੀ ਵਾਰੀ ਇੱਦਾਂ ਹੋਇਆ ਉੱਦਾਂ ਲਾਈਕ ਹੁੰਮ ਜਿਹਾ ਮਹਿਸੂਸ ਹੁੰਦਾ ਸੀਗਾ ਜਹਾਜ਼ ਦੇ ਵਿੱਚ 15 ਘੰਟੇ ਮਹੀਂ ਔਖਾ ਹੋ ਕੇ ਕੱਢੇ ਉੱਦਾਂ ਇਕੱਲੇ ਨੇ ਫਿਲਮਾਂ ਫੁਲਮਾਂ ਦੇਖਦਾ ਰਿਹਾ ਸੌਂ ਸੂ ਲਿਆ ਝੱਟ ਟਾਈਮ ਪਾਸ ਹੋ ਗਿਆ ਪਰ ਕਿੱਥੇ ਨੀਂਦ ਆਉਂਦੀ ਆ ਪਰ ਫਿਰ ਵੀ ਵਧੀਆ ਰਿਹਾ ਉੱਦਾਂ ਚਲੋ ਜੀ ਮਿਲਦੇ ਹਾਂ ਬਾਹਰ ਚੱਲ ਕੇ ਦੁਬਈ ਦੀ ਖੂਬਸੂਰਤੀ ਦੇਖੋ ਜਿੱਧਰ ਵੀ ਝਾਤੀ ਮਾਰ ਲਉਂਗੇ ਕਿੱਦਾਂ ਸ਼ਾਨਦਾਰ ਲਾਈਟਾਂ ਸ਼ੈਟਾਂ ਕਿੱਦਾਂ ਡਿਜ਼ਾਇਨ ਆ ਬੈਕ ਸਾਈਡ
ਕੱਲਾਪਨ ਜਿਹਾ ਮਹਿਸੂਸ ਹੋਇਆ ਉਦਾਂ ਆਫ ਕੋਰਸ ਕੱਲਾ ਹੀ ਤੇ ਕੱਲਾਪਨ ਹੀ ਮਹਿਸੂਸ ਹੋਣਾ ਵਾ ਅਤੇ ਓਕੇ ਜੀ ਚਲੋ ਮਿਲਦੇ ਹਾਂ ਬਾਹਰ ਚੱਲ ਕੇ ਬਾਏ ਦੇਖੋ ਜੀ ਕਿੱਦਾਂ ਸਵਾਰੀਆਂ ਵੇਟ ਕਰਨਡੀਆਂ ਸਵਾਰੀਆਂ ਦੀਆਂ ਕਿੱਦਾਂ ਲਾਈਨ ਲੱਗੀ ਹੋਈ ਆ ਵਾਹ ਸਾਡੀ ਸਵਾਰੀ ਪਤਾ ਨਹੀਂ ਕਿੱਥੇ ਹੋਣੀ ਆ